जलंधर के शेखे पिंड विच एक 15 साल नाबालग लड़की की माँ ने अपनी लड़की नूं लभण दी मीडिया दे कोल गुहार लगाई है। लड़की की माँ का आरोप है कि पिछले महीने उसकी 15 साल नाबालग लड़की नूं पिंड दे ही सरपंच का भतीजा बरगड़ा के लै गया है, जिसकी शिकायत मकसूदा थाने विच कीती गई सी, पर पुलिस ने हाले तक एक महीना बीत जाने के बाद भी कोई कार्रवाई नहीं की। इस तो इलावा लड़की की माँ ने आरोप लगाया कि पिंड का सरपंच उक्त लड़के नूं बचाने की कोशिश कर रहा है। नामा जी कितने रहने हो? की गल हुई है जी? गल यही है, मैं काम पे सी तो थोड़ी देर ही गई है मुंडे का नाल, मुंडा ले गया वाला कुछ ला के, ठीक है, तो घर सामान भी ले गई है, उम्मे भी ले गई है, पैसे भी ले गई है, सारा कुछ ले गई है, अपना सारा प्रूफ आधार कार्ड सारा कुछ ले गई है। कौन सी मुंडा जिन्ना गई कुड़ी तुहाडी? सस्ती कुमार है, सेखे पिंड का मुंडा है, सरपंच का भतीजा है, मगर सरपंच का भतीजा है। की नाम है मुंडे का? मुंडे का सस्ती कुमार नाम है जी। ਕਿੰਨੀ ਉਮਰ ਸੀ ਕੁੜੀ ਦੀ? ਕੁੜੀ ਤਾਂ ਉਮਰ ਹੈ 15 ਸਾਲ, ਮੁੰਡੇ ਦਾ 20 ਸਾਲ। ਜਦੋਂ ਕੁੜੀ ਗਈ ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਂ ਕੰਮ ਤੇ ਸਾਨੂੰ ਮੈਨੂੰ ਸਾਹਮਣੇ ਪਤਾ ਲੱਗੇ ਜਦੋਂ ਅਸੀਂ ਆਏ ਤਾਂ ਉਸ ਲੈ ਸੈਂਟਰ 'ਚ ਵੀ ਕੁੜੀ ਨਹੀਂ ਸੀ, ਬੱਚੇ ਜਦੋਂ ਸਕੂਲ ਆਏ ਗਰਭ ਵੀ ਨਹੀਂ ਸੀ, ਅਸੀਂ ਲੱਭਣ ਲੱਗੇ, ਫਿਰ ਪਤਾ ਲੱਗਿਆ ਕਿ ਮੁੰਡਾ ਵੀ ਨਹੀਂ ਅਤੇ ਕੁੜੀ ਵੀ ਨਹੀਂ ਹੈ। ਕਰਦੀ ਕੀ ਸੀ ਕੁੜੀ ਦਾ ਦੀ? ਪੁਲਿਸ ਕੰਪਲੇਂਟ ਕਰਾਈ ਇਸ ਲਈ? ਹਾਂਜੀ ਹਾਂਜੀ ਕੰਪਲੇਂਟ ਕਰਾਈ ਹੈ, ਪੁਲਿਸ ਕੁਛ ਕਰਵਾਈ ਨਹੀਂ ਕਰਦੀ, ਕੋਈ ਸੁਣਵਾਈ ਨਹੀਂ ਹੈ। ਤੁਹਾਨੂੰ ਕੀ ਲੱਗਦਾ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਸਾਨੂੰ ਇਹੀ ਲੱਗਦਾ ਕਿ ਪੁਲਿਸ ਸਰਪੰਚ ਮਗਰ ਸਰਪੰਚ ਨਾਲ ਮਿਲਿਆ ਹੈ, ਉਹਦੇ ਨਾਲ ਪੈਸੇ ਖਾਂਦਾ ਤਾਂ ਹੀ ਕੁਛ ਨਹੀਂ ਕਰਦਾ। ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਪਲੇਂਟ ਕਰਾਈ ਨੂੰ? ਇੱਕ ਮਹੀਨਾ ਤੋਂ ਉੱਪਰ ਹੋ ਗਿਆ। ਕੀ ਗੁਹਾਰ ਲਗਾਉਂਦੇ ਹੋ ਪੁਲਿਸ ਕੋ? ਸਾਨੂੰ ਮੈਂ ਇਹੀ ਕਹਿਣਾ ਵੇ ਸਾਡੀ ਕੁੜੀ ਲੱਭ ਕੇ ਲਿਆਉਣ, ਤਾਂ ਮੇਰੀ ਕੁੜੀ ਸਾਨੂੰ ਦੇਣ ਦਿਆ। ਜਿਹੜੇ ਸਰਪੰਚ ਤੋਂ ਤੁਸੀਂ ਆਰੋਪ ਲਗਾਉਂਦੇ ਹੋ ਕਿ ਉਹਨਾਂ ਪੁਲਿਸ ਰਲੀ ਹੋਈ, ਪੁਲਿਸ ਉਹਦੇ ਕੋਲ ਬੈਠ ਕੇ ਚੱਲ ਜਾਂਦੀ ਹੈ, ਕੀ ਨਾਮ ਹੈ ਉਸ ਸਰਪੰਚ ਦਾ ਜੀ? ਮਗਰ ਸਰਪੰਚ ਨਾਮ ਹੈ। ਕੀ ਨਾਮ ਹੈ? ਮਗਰ ਸਰਪੰਚ, ਜਿਹੜਾ ਮੁੰਡਾ ਲੈ ਕੇ ਗਿਆ ਕੁੜੀ ਨੂੰ ਉਹਦੇ ਚਾਚਾ ਹੈ ਸਾਗਾ। ਕੀ ਨਾਮ ਹੈ ਸਰਪੰਚ ਦਾ? ਕੀ ਹੈ? ਮਗਰ ਸਰਪੰਚ। ਮਗਰ ਸਰਪੰਚ? ਹਾਂਜੀ ਮਗਰ ਸਰਪੰਚ ਨਾਮ ਹੈ। ਹਾਂਜੀ ਮੰਗਰ ਮਗਰ ਨਾਮ ਹੈ ਮਗਰ ਸਰਦਾਰ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮ ਸਤਪਾਲ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਲੜਕੀ ਦੇ ਪਰਿਵਾਰ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਅਤੇ ਮਾਮਲਾ ਦਰਜ ਕਰਕੇ ਲੜਕੀ ਲੜਕੇ ਦੀ ਭਾਲ ਵੀ ਸ਼ੁਰੂ ਕੀਤੀ ਹੋਈ ਹੈ। ਉੱਥੇ ਹੀ ਉਹਨਾਂ ਲੜਕੀ ਦੀ ਮਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਜਦੋਂ ਵੀ ਮਿਲਣਗੇ ਗ੍ਰਿਫਤਾਰ ਕਰਕੇ ਮੈਂ ਆਪ ਨੂੰ ਦੱਸੂਗਾ। ਕਦੋਂ ਕੰਪਲੇਂਟ ਆਈ ਸੀ ਸਰ ਤੁਹਾਡੇ ਕੋਲ? ਕਿੰਨੀ ਦੇਰ ਹੋ ਗਈ ਬੱਚਾ ਰਜਿਸਟਰ ਹੋਏ ਨੂੰ? ਇਹ ਪਿਛਲੇ ਮਹੀਨੇ ਹੋਇਆ ਜੀ। ਸਰ ਕਿਉਂ ਨਹੀਂ ਕਾਰਵਾਈ ਕੀਤੀ ਗਈ ਇੰਨੀ ਦੇਰ ਦੀ? ਕਾਰਵਾਈ ਹੋਈ ਆ ਮੌਕੇ 'ਤੇ, ਉਸ ਵਿੱਚ ਕਾਰਵਾਈ ਹੋਈ। ਕੀ ਕਾਰਵਾਈ ਕੀਤੀ ਗਈ ਸਰ? ਮੁੰਡਾ ਤਾਂ ਹਾਲੇ ਤੱਕ ਪੜਿਆ ਨਹੀਂ, ਕੋਈ ਨਹੀਂ ਪੜੀ ਨਾ ਮੁੰਡੇ ਦਾ, ਲੜਕੀ ਤੋਂ ਪਤਾ ਲੱਗ ਰਿਹਾ, ਨਾ ਕੋਈ ਲੜਕੀ ਨਹੀਂ ਪਤਾ ਲੱਗ ਰਿਹਾ, ਨਾ ਉਹਦੀ ਫੈਮਿਲੀ ਕੁਛ ਦੱਸ ਰਹੀ, ਨਾ ਕੁੜੀ ਵਾਲੇ ਦਾ ਨਾਮ ਲੜਕੇ ਵਾਲੇ। ਕੁੜੀ ਦੇ ਘਰਦਿਆਂ ਨਾਲ ਗੱਲ ਕੀਤੀ ਗਈ ਸੀ, ਉਹਦੀ ਮਾਤਾ ਨਾਲ ਸਾਡੀ ਗੱਲ ਕੀਤੀ ਗਈ ਸੀ, ਉਹ ਕਹਿੰਦੀ ਅਸੀਂ ਵਾਰ ਵਾਰ ਪੁਲਿਸ ਥਾਣੇ ਜਾ ਕੇ ਪੁੱਛ ਗਿੱਛ ਕੀਤੀ ਜਾਂਦੀ ਆ ਕਿ ਸਾਡੀ ਕੁੜੀ ਫੜੀ ਗਈ ਜਾਂ ਨਹੀਂ, ਮੁੰਡਾ ਫੜਿਆ ਗਿਆ ਨਹੀਂ, ਉਹ ਕਹਿੰਦੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਸਵਾਲ 'ਚ ਕੁਛ ਨਹੀਂ ਕਹਿਣਾ ਚਾਹੁੰਦੇ, ਇਹੀ ਆ ਕਿ ਉਹਦੇ ਬਿਆਨਾਂ ਦੇ ਬੇਸ 'ਤੇ ਮੁਕੱਦਮਾ ਦਰਜ ਹੋ ਚੁੱਕਾ, ਕੁੜੀ ਮੁੰਡਾ ਘਰੋਂ ਭੱਜੇ ਆ, ਜਿੱਦਣ ਵੀ ਕਾਬੂ ਆ ਗਿਆ ਆਪਣੇ ਸਲਾਹ ਦਿੱਤੀ ਜਾਊ। ਦੇਖਿਆ ਜਾਵੇ ਕੁੜੀ ਨੇ ਬਾਲਗ ਆ, ਆਪਣੀ ਰਿਸਪੋਂਸੀਬਿਲਟੀ ਬਣਦੀ ਆ ਕਿ ਆਪਾਂ ਜਲਦ ਤੋਂ ਜਲਦ ਮੁੰਡੇ ਨੂੰ ਫੜੀਏ। ਹਾਂ ਉਹ ਕੋਸ਼ਿਸ਼, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੋਸ਼ਿਸ਼ ਜਾਰੀ ਆ। ਸਰ ਲੜਕੀ ਦੀ ਮਾਤਾ ਦੇ ਵੀ ਆਰੋਪ ਆ ਕਿ ਕੁਛ ਹੋਰ ਮੁੰਡਿਆਂ ਦੇ ਵੀ ਨਾਂ ਲਿਖਾਏ ਗਏ, ਉਹਨਾਂ ਨੂੰ ਵੀ ਹਜੇ ਤੱਕ ਅਰੈਸਟ ਨਹੀਂ ਕਰ ਪਾ ਰਹੇ? ਨਹੀਂ ਉਹਦੀ ਕੋਈ ਸੁਣ ਨਹੀਂ ਆਈ, ਪਿਛਲੇ ਕਿਸੇ ਨੂੰ ਪਤਾ ਹੋਊਗਾ ਉਸ ਗੱਲ ਬਾਰੇ, ਮੈਨੂੰ ਹਾਲੇ ਫਿਲਹਾਲ 2 ਦਿਨ ਹੋਏ ਮਾਰਕ ਹੋਈ ਨੂੰ, ਮਤਲਬ ਮੇਰੇ ਨੂੰ ਅੱਗੇ ਤਫਤੀਸ਼ ਜਾਰੀ ਆ। ਵਿੱਚ ਕਿਸੇ ਸਰਪੰਚ ਦਾ ਵੀ ਨਾਂ ਆ ਰਿਹਾ, ਉਹਦੇ ਬਾਰੇ ਥੋੜ੍ਹਾ ਕਲੀਅਰ ਕਰ ਦਿਓ। ਨਹੀਂ ਉਹਦੇ ਵਿੱਚ ਜਿਹਨਾਂ ਦੇ ਪ੍ਰੈਸ਼ਰਾਈਜ਼ ਹੋ ਗਏ, ਉਹਨਾਂ ਦੇ ਆਰੋਪ ਆ ਜਿਹਨਾਂ ਦੇ ਪ੍ਰੈਸ਼ਰਾਈਜ਼ ਹੋ ਗਏ, ਫਿਰ ਉਸ ਕਾਰਵਾਈ ਨਹੀਂ ਕਰਨੀ? ਨਹੀਂ ਨਹੀਂ ਇਹ ਜਿਹੀ ਕੋਈ ਗੱਲ ਨਹੀਂ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। दुख से ना घबराओ, मुझे फोन लगाओ। बाबा नवेद खान जी। MBA करने के बाद मैंने नौकरी के लिए बहुत से धक्के खाए, पर मुझे कोई भी सलूशन नहीं मिल रहा था। फिर एक दिन मेरे किसी दोस्त ने मुझे बाबा जी के बारे में बताया, और देखो बाबा जी का ऐसा चमत्कार कि आज मुझे नौकरी करने की जरूरत ही नहीं, मैं खुद का अपना बिजनेस कर रहा हूँ। धन्यवाद बाबा जी। काले इलम द्वारा कुछ ही घंटों में समाधान, गारंटी के साथ। हर इलम के माहिर। मैं अपने इलम मैरिज को लेकर बहुत परेशान थी, करूँ तो क्या करूँ। फिर किसी ने मुझे बाबा जी के बारे में बताया, मैं बाबा जी के दरबार में गई। बाबा जी ने तो कुछ ही घंटों में मेरी सारी समस्या का समाधान कर दिया और मेरी इलम मैरिज वहाँ पक्की होगी, यहाँ मैं चाहती थी। धन्यवाद बाबा जी। जैसे नौकरी, कारोबार, विदेश यात्रा,
ग्रह क्लेश, लव मैरिज में समस्या, सौतन या दुश्मन का सर्वनाश करवाएं। मेरा हमेशा घर में लड़ाई झगड़ा चलता रहता था। मेरी बीवी सोचती थी कि मेरा किसी और के साथ चक्कर है। मैं बहुत परेशान रहने लगा। एक दिन बाबा जी के दरबार पहुंचा तो बाबा जी ने मुझे एक छोटा सा उपाय बताया। उससे मेरी जिंदगी खुशहाल रहने लगी। धन्यवाद बाबा जी। आज ही मिलेंगे बाबा नवेद खान जी, मोबाइल नंबर 9876800768 लुधियाना।